ਤੁਸੀਂ ਸੁਣ ਰਹੇ ਹੋ ਭਾਈ ਦਲਜੀਤ ਸਿੰਘ ਬਿੱਟੂ ਦੀ ਲਿਖਤ ਪੜਕੋ ਸੰਘਰਸ਼ ਦੀ ਸਾਖੀ ਭਾਗ ਦੂਜਾ 36ਵੇਂ ਭਾਗ ਦੇ ਵਿੱਚ ਸੁਣੋ ਚਰਨਜੀਤ ਸਿੰਘ ਤਲਵੰਡੀ ਅਤੇ ਤਿੰਨ ਸ਼ਹਾਦਤਾਂ ਵਕੀਲ ਬਖਤਾਵਰ ਸਿੰਘ ਸਰਾ ਸ਼ੇਰ ਸਿੰਘ ਸ਼ੇਰ ਅਤੇ ਭਾਈ ਅਜਮੇਰ ਸਿੰਘ ਲੋਧੀਵਾਲ ਆਵਾਜ਼ ਪ੍ਰਜੰਤ ਸਿੰਘ ਗਰੁੱਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਚਰਨਜੀਤ ਸਿੰਘ ਤਲਵੰਡੀ ਇਸ ਜਰਨੈਲ ਨੂੰ ਸੰਘਰਸ਼ ਦੇ ਬਹੁਤੇ ਰਾਜ ਪਤਾ ਸਨ तकरीबन ਸਾਰੀਆਂ ਹੀ ਜਥੇਬੰਦੀਆਂ ਨਾਲ ਇਹਦਾ ਰابطਾ ਸੀ ਸਾਡੀਆਂ ਬਹੁਤੀਆਂ 18ਵੀਂ ਸਾਂਝੀਆਂ ਸਨ ਕਿਉਂਕਿ ਇਹਨਾਂ ਵਿੱਚੋਂ ਜ਼ਿਆਦਾ 18 რუს ਨੇ ਹੀ ਬਣਾਈਆਂ ਸਨ ਇਸ ਨੂੰ 1999 ਜੂਨ ਮਹੀਨੇ ਦੇ ਸ਼ੁਰੂ ਵਿੱਚ ਮੁਹਾਲੀ ਤੋਂ ਸਵੇਰੇ ਸਕੂਟਰ ਤੇ ਜਾਂਦਿਆਂ ਅਗ੍ਰਿਪਤਕਾਰ ਕਰ ਲਿਆ ਗਿਆ ਸੀ ਇਸ ਨੂੰ ਸ਼ਾਮ ਤੱਕ ਸ਼ਹੀਦ ਕਰ ਦਿੱਤਾ ਗਿਆ ਸੀ ਪੁਲਿਸ ਉਹਨਾਂ ਦਿਨਾਂ ਵਿੱਚ ਵੱਡੇ ਖਾੜਕੂ ਜਰਨੇਲਾਂ ਨੂੰ ਬਹੁਤਾ ਚਿਰਨੀ ਸੀ ਰੱਖਦੀ ਕਿਉਂਕਿ ਖਾੜਕੂਆਂ ਵੱਲੋਂ 35 ਵਜੋਂ ਸਿਆਸੀ ਬੰਦਿਆਂ ਨੂੰ ਚੁੱਕ ਲਿਆ ਜਾਂਦਾ ਸੀ ਅਤੇ ਆਪਣੇ ਜਰਨੇਲ ਨੂੰ ਛੱਡਣ ਲਈ ਬਾਹ ਪਾਇਆ ਜਾਂਦਾ ਸੀ ਇਸ ਕਰਕੇ ਉਹ ਸਮੇਂ ਤੱਕ ਪੁਲਿਸ ਨੇ ਇਹ ਮਿਥ ਲਿਆ ਕਿ ਵੱਡੇ ਜਰਨੇਲਾਂ ਨੂੰ ਫੜਨ ਤੋਂ ਬਾਅਦ ਇੱਕ ਜਾਂ ਵੱਧ ਤੋਂ ਵੱਧ 2 ਦਿਨਾਂ ਵਿੱਚ ਸ਼ਹੀਦ ਕਰ ਦਿਓ ਕਰਨਜੀਤ ਸਿੰਘ ਤਲਵੰਡੀ ਨੂੰ ਤਾਂ ਛੇਤੀ ਸ਼ਹੀਦ ਕਰਨ ਦਾ ਹੋਰ ਵੀ ਪਹਿਲੂ ਸੀ ਕਿਉਂਕਿ ਉਹ ਇੱਕ ਰਾਜਨੀਤਿਕ ਪਰਿਵਾਰ ਵਿੱਚੋਂ ਸੀ ਤੇ ਸਰਦਾਰ ਜਗਦੇਵ ਸਿੰਘ ਤਲਵੰਡੀ ਉਸ ਦਾ ਸਗਾ ਚਾਚਾ ਸੀ ਚਰਨਜੀਤ ਸਿੰਘ ਆਖਰੀ ਦਮ ਤੱਕ ਪੁਲਿਸ ਅਫਸਰਾਂ ਨਾਲ ਬਹਿਸ ਦਾ ਰਿਹਾ ਸਰਕਾਰ ਨੇ ਆਪਣਾ ਸਾਰਾ ਜੋਰ ਲਾਇਆ ਕਿ ਉਹ ਆਪਣਾ ਮੂੰਹ ਖੋਲੇ ਰਾਜਨੀਤਿਕ ਪਿਛੋਕੜ ਹੋਣ ਕਾਰਨ ਉਹਨੂੰ ਸੱਤਾ ਦਾ ਲਾਲਚ ਵੀ ਦਿੱਤਾ ਗਿਆ ਪਰ ਉਹ ਆਪਣੇ ਸੁਭਾਅ ਤੇ عقیده ਅਨੁਸਾਰ ਅਡੋਲ ਰਿਹਾ ਉਸ ਦੀ ਤਫ਼ਤੀਸ਼ ਕਰਨ ਵਿੱਚ ਐਸਪੀ ਬਖਸ਼ੀਸ਼ ਪੰਡਿਤ ਸ਼ਾਮਲ ਸੀ। ਤਸ਼ੱਦਦ ਹੋਣ ਮਗਰੋਂ ਟੁੱਟਿਆ ਹੋਇਆ ਸਮਝ ਕੇ ਬਦ ਕਲਾਮੀ ਕੀਤੀ। ਚਰਨਜੀਤ ਸਿੰਘ ਨੇ ਆਖਰੀ ਹਿੱਲੇ ਵਜੋਂ ਆਪਣਾ ਸਾਰਾ ਤਾਣ ਇਕੱਠਾ ਕਰਕੇ ਝਪਟਾ ਮਾਰਿਆ ਤੇ ਦੋਵਾਂ ਹੱਥਾਂ ਨਾਲ ਬਖਸ਼ੀਸ਼ ਪੰਡਿਤ ਦਾ ਰੁਬਲਾਵਾ ਫੜ ਲਿਆ ਅਤੇ ਪੁਲਿਸ ਵਾਲੇ ਉਸ ਦਾ ਗळा ਕੁੱਟਣ ਲੱਗ ਪਏ ਤੇ ਨਾਲ ਹੀ ਡੁੰਗੀਆਂ ਸੱਟਾਂ ਮਾਰੀਆਂ। ਤਸ਼ੱਦਦ ਕਾਰਨ ਉਹ ਪਹਿਲਾਂ ਹੀ ਸਰੀਰਕ ਪੱਖੋਂ ਲੁੱਟ ਚੁੱਕਾ ਸੀ ਇਹ ਅੰਤ ਨੇੜੇ ਹੀ ਸੀ ਪਰ ਇਸ ਭੋਲ ਤੇ ਇਹਨਾਂ ਸੱਟਾਂ ਕਾਰਨ ਉਹ ਬੇਹੋਸ਼ ਹੋ ਗਿਆ ਤੇ ਫਿਰ ਹੋਸ਼ ਵਿੱਚ ਨਹੀਂ ਆਇਆ ਜਿਸ ਸ਼ਾਨ ਅਤੇ ਜ਼ੁਰਤ ਨਾਲ ਉਹ ਜਿਉਂਦਾ ਸੀ ਉਸੇ ਤਰੀਕੇ ਨਾਲ ਹੀ ਸ਼ਹਾਦਤ ਦਿੱਤੀ ਆਪਣੇ ਸਵੈਮਾਨ ਦਾ ਨਿਸ਼ਾਨਾ ਗੁਸ਼ਮਣ ਦੇ ਦਿਲਾਂ ਉੱਤੇ ਗੱਡ ਦਿੱਤਾ ਉਹਨਾਂ ਦਿਨਾਂ ਵਿੱਚ ਚਰਨਜੀਤ ਸਿੰਘ ਨੇ ਸੱਤ ਫੇਜ਼ ਮਹਾਲੀ ਵਿੱਚ ਇੱਕ ਘਾਰ ਲਿਆ ਹੋਇਆ ਸੀ ਤੇ ਅਸੀਂ ਇੱਕ ਦਿਨ ਪਹਿਲਾਂ ਉਸ ਕੋਲੋਂ ਹੀ ਸਰਹੱਦ ਪਾਰ ਜਾਣ ਦੀ ਤੁਰੇ ਸੀ ਸਾਡਾ ਪਾਰ ਜਾਣ ਦਾ ਸਬਬ ਨਾ ਬਣਿਆ ਤਾਂ ਮੈਂ ਤੇ ਡਾਕਟਰ ਸੋਹਣ ਸਿੰਘ ਅਗਲੀ ਸ਼ਾਮ ਨੂੰ ਮੁੜ ਇਸੇ ਟਿਕਾਣੇ ਤੇ ਆਏ ਤਾਂ ਉੱਥੇ ਕੋਈ ਨਹੀਂ ਸੀ ਅਸੀਂ ਕੁਝ ਚਿਰ ਉਡੀਕ ਕੇ ਰਾਤ ਡਾਕਟਰ ਸਾਹਿਬ ਦੇ ਘਰ ਕੱਟੀ ਸਵੇਰੇ ਸਾਜਰੇ ਨਾਸ਼ਤਾ ਕਰਕੇ ਮੈਂ ਤਾਂ ਨੰਗਲਗਾਲੀ ਠਾਰ ਵੱਲ ਨੂੰ ਤੁਰ ਪਿਆ ਅਤੇ ਡਾਕਟਰ ਸਾਹਿਬ ਕਿਸੇ ਹੋਰ ਠਾਰ ਵੱਲ ਨੂੰ ਚਲੇ ਗਏ ਸਰੂਪੜ ਅਡੇ ਤੋਂ ਜਦੋਂ ਮੈਂ ਨੂਰਪੁਰ ਬੇਦੀ ਵਾਲੀ ਬੱਸ ਫੜੀ ਤਾਂ ਅਜੀਤ ਅਖਬਾਰ ਵੀ ਫੜ ਲਈ ਘਰ ਆਵਚ ਪਰੀਆਂ ਪਿੰਡ ਕੋਲ ਜਾ ਕੇ ਮੈਂ ਅਖਬਾਰ ਖੋਲ ਕੇ ਦੇਖੀ ਤਾਂ ਸੁੰਨ ਰਹਿ ਗਿਆ ਅਖਬਾਰ ਦਾ ਪਹਿਲਾ ਪੰਨਾ ਚਰਨਜੀਤ ਸਿੰਘ ਤਲਵੰਡੀ ਦੀਆਂ ਫੋਟੋਆਂ ਤੇ ਖਬਰਾਂ ਨਾਲ ਭਰਿਆ ਪਿਆ ਸੀ ਚਰਨਜੀਤ ਸਿੰਘ ਨੂੰ ਸਾਡੀ ਪੱਕੀ ਠਾਰ ਦਾ ਵੀ ਪਤਾ ਸੀ ਜਿੱਥੋਂ ਅਸੀਂ ਬਾਅਦ ਵਿੱਚ ਫੜੇ ਗਏ ਅਖਬਾਰ ਬਿਲ ਰਾਮ ਵਿੱਚ ਡੁੱਬ ਗਿਆ ਕਿੰਨੇ ਤਕੜੇ ਜਰਨੈਲ ਇਹਨੇ ਨੇੜਲੇ ਸਾਥੀ ਦੇ ਵਿਛੋੜੇ ਨਾਲ ਕੁਝ ਸਮਾਂ ਸਰੀਰ ਸੋਨ ਗਿਆ ਹੋ ਗਿਆ ਖਾਂ ਵਿੱਚ ਕੁਝ ਨਮੀ ਆ ਗਈ ਪਰ ਅੱਧੇ ਘੰਟੇ ਬਾਅਦ ਜਦੋਂ ਨੂਰਪੁਰ ਨੇੜੇ ਪਹੁੰਚਿਆ ਤਾਂ ਮਨ ਫਿਰ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਗਿਆ ਚੱਲ ਰਹੀ ਜੰਗ ਵਿੱਚ ਜਿਵੇਂ ਇੱਕ ਸਾਥੀ ਡਿੱਗ ਪੈਂਦਾ ਹੈ ਤਾਂ ਦੂਸਰਾ ਉਸ ਦੇ ਹਥਿਆਰ ਚੁੱਕ ਕੇ ਉਸ ਦੀ ਜਗ੍ਹਾ ਲੈ ਲੈਂਦਾ ਹੈ ਉਸ ਵਕਤ 팔ਸਤਾਨ ਦੀ ਜੰਗ ਹੀ ਸਾਡੀ ਜ਼ਿੰਦਗੀ ਸੀ ਤੇ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਸੀ ਸਾਡੇ ਜਿਉਂਦੇ ਜੀ ਇਹ ਮੁੱਕਣਾ ਨਹੀਂ ਚਾਹੀਦਾ ਗੋਲੀ ਚੱਲਦੀ ਰਹਿਣੀ ਚਾਹੀਦੀ ਹੈ ਬਖਸ਼ੀ ਸਿੰਘ ਐਸਪੀ ਇਸ ਤੋਂ ਬਾਅਦ ਤਰਨਤਾਰਨ ਤਬਦੀਲ ਹੋ ਗਿਆ ਤੇ ਉੱਥੇ ਖਾਲਸਤਾਨ ਕਮਾਂਡੋ ਫੋਰਸ ਦੇ ਮੇਜਰ ਸਿੰਘ ਸ਼ਹੀਦ ਅਤੇ ਪਿੰਡਰਾਵਾਲੇ ਟਾਈਗਰ ਫੋਰਸ ਦੇ ਸੁਖਵਿੰਦਰ ਸਿੰਘ ਸੰਘਾ ਦੇ ਜਥਿਆਂ ਨੇ ਉਸ ਦੀ ਜੀਪ ਨੂੰ ਬੰਬ ਨਾਲ ਉਡਾ ਦਿੱਤਾ ਇਹਨਾਂ ਸ਼ਹਾਦਤਾਂ ਵਕੀਰ ਬਖਤਾਵਰ ਸਿੰਘ ਸਰਾ ਸ਼ੇਰ ਸਿੰਘ ਸ਼ੇਰ ਅਤੇ ਅਜਮੇਰ ਸਿੰਘ ਲੋਧੀਵਾਲ ਇੱਕ ਦਿਨ ਬਖਤਾਵਰ ਸਿੰਘ ਸਰਾ ਸ਼ੇਰ ਸਿੰਘ ਸ਼ੇਰ ਅਤੇ ਅਜਮੇਰ ਸਿੰਘ ਲੋਧੀਵਾਲ ਲੁਧਿਆਣੇ ਰੇਲਵੇ ਸਟੇਸ਼ਨ ਦੇ ਨੇੜੇ ਕਿਤੇ ਇਕੱਠੇ ਹੋਏ ਤੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਬੈਠੇ ਕਿਸੇ ਮੁਖਬਰ ਨੇ ਇਹਨਾਂ ਨੂੰ ਫੜਵਾ ਦਿੱਤਾ ਬਖਤਾਵਰ ਸਿੰਘ ਅਤੇ ਅਜਮੇਰ ਸਿੰਘ ਤਾਂ ਇਕੱਠੇ ਫੜੇ ਗਏ ਸ਼ੇਰ ਸਿੰਘ ਸ਼ੇਰ ਬਾਰੇ ਪਤਾ ਨਹੀਂ ਇਹਨਾਂ ਦੇ ਨਾਲ ਜਾਂ ਕਿਸੇ ਹੋਰ ਥਾਂ ਤੋਂ ਪਰ ਫੜਿਆ ਉਸੇ ਦਿਨ ਹੀ ਇਹ ਉਸੇ ਪੁਲਿਸ ਟੋਲੀ ਨੇ ਸੀ ਇਹਨਾਂ ਤਿੰਨਾਂ ਦੀ ਸ਼ਹਾਦਤ ਦੇ ਘਟਨਾਕ੍ਰਮ ਦਾ ਉਦੋਂ ਸਾਨੂੰ ਪੂਰਾ ਪਤਾ ਨਹੀਂ ਲੱਗਿਆ ਪਰ ਬਾਅਦ ਵਿੱਚ ਸ਼ਨਾਖਤ ਹੋ ਗਈ ਸੀ ਹਕੂਮਤ ਲਈ ਇਹ ਬਹੁਤ ਸੁਭਾਗਾ ਦਿਨ ਸੀ ਅਤੇ ਬਹੁਤ ਵੱਡੀ ਸਫਲਤਾ ਸੀ ਇਹ ਅਚਨਚੇਤ ਹੀ ਖਾੜਕੂ ਸੰਘਰਸ਼ ਦੇ ਪਿੰਨ ਉੱਪਰ ਦੇ ਆਗੂ ਅਤੇ ਚੋਟੀ ਦੇ ਯੋਧੇ ਇਕੱਠੇ ਹੀ ਹੱਥ ਆ ਗਏ ਸਾਡੀ ਬਹੁਤ ਵੱਡੀ ਨਲਾਇਕੀ ਸੀ ਕਿ ਇਸ ਤਰ੍ਹਾਂ ਤਿੰਨ ਇੰਨੇ ਸੁਲਝੇ ਹੋਏ ਅਤੇ ਵੱਡੀਆਂ ਸ਼ਕਤੀਆਂ ਵਾਲੇ ਜਾਂ ਬਾਜ ਸਿੰਘ ਇੰਨੀ ਸੌਖੀ ਤਰ੍ਹਾਂ ਦੁਸ਼ਮਣ ਦੇ ਹੱਥ ਜਾਣ ਦਿੱਤੇ। ਫਾਰਕੂ ਸੰਘਰਸ਼ ਲਈ ਇਹ ਅਸਹਿ ਕਾਟਾ ਸੀ। ਅਜਮੇਰ ਸਿੰਘ ਅਤੇ ਸ਼ੇਰ ਸਿੰਘ ਸ਼ੇਰ ਨੂੰ ਤਾਂ ਸਾਰੇ ਹੀ ਜਾਣਦੇ ਸਨ ਪਰ ਬਖਤਾਵਰ ਸਿੰਘ ਨੂੰ ਹਾਲੇ ਕੋਈ ਇਸ ਤਰ੍ਹਾਂ ਨਹੀਂ ਸੀ ਜਾਣਦਾ। ਇਹ ਕਹਿ ਲਓ ਕਿ ਸੰਘਰਸ਼ ਦੇ ਵੱਡੇ ਥੰਮ ਜਾਂ ਉਹਦੀ ਬਿਹਤਰ ਲੜਾਕੂ ਅਤੇ ਸੁਰਜੀ ਹੋਈ ਅਗਵਾਈ ਕਰਨ ਵਾਲੇ ਉੱਚ ਪਰਦਾਰੀ ਨੁਮਾਇंदे ਅੱਜ ਇੱਕੋ ਸਾਹ ਡਿੱਗ ਗਏ। ਕੁਝ ਦਿਨਾਂ ਬਾਅਦ ਬਦੋਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹਰਮਿੰਦਰ ਸਿੰਘ ਸੁਲਤਾਨਵਿੰਡ ਹਰਜੀਤ ਸਿੰਘ ਅਤੇ ਮੈਂ ਇੱਕ ਤਾਂ ਇਕੱਠੇ ਹੋਏ ਤਾਂ ਸਭ ਦੀਆਂ ਅੱਖਾਂ ਨਾਮ ਹੋ ਗਈਆਂ ਕਿ ਕਾਫੀ ਚਿਰ ਕੋਈ ਨਹੀਂ ਬੋਲਿਆ ਸਭ ਨੂੰ ਪਤਾ ਸੀ ਕਿ ਬਹੁਤ ਭਾਰੀ ਨੁਕਸਾਨ ਹੋਇਆ ਹੈ ਬਾਅਦ ਵਿੱਚ ਇਹ ਗੱਲ ਪਤਾ ਲੱਗੀ ਕਿ ਅਜਮੇਰ ਸਿੰਘ ਤੇ ਤਾਂ ਪੈਟ ਟੋਲੇ ਦੇ ਨਾਲ ਪੰਜਾਬ ਪੁਲਿਸ ਅਤੇ CRPF ਨੇ ਬਹੁਤ ਫੋਰਟੀ ਨਾਲ ਵਾਰ ਕੀਤਾ ਸਿੰਘਾਂ ਤੋਂ ਆਪਣੇ ਹਥਿਆਰ ਵੱਡੇ ਹੀ ਨਹੀਂ ਗਏ ਅਜਮੇਰ ਸਿੰਘ ਕੋਲ ਪਿਸਤੌਲ ਸੀ ਪੁਲਿਸ ਵਾਲਿਆਂ ਨੇ ਬਹੁਤ ਤੇਜ਼ੀ ਨਾਲ ਇਹਨਾਂ ਦੇ ਗੰਭੀਰ ਸੱਟਾਂ ਮਾਰੀਆਂ ਤੇ ਜੱਫੇ ਮਾਰ ਲਏ ਪਰ ਇਸ ਜੱਫੋ ਜੱਫੀ ਵਿੱਚ ਅਜਮੇਰ ਸਿੰਘ ਸਾਈਨੜ ਖਾਨ ਵਿੱਚ कामयाब ਹੋ ਗਿਆ ਤੇ ਫਾਂ ਹੀ ਸ਼ਹੀਦ ਹੋ ਗਿਆ ਬਾਕੀ ਦੋਵਾਂ ਨੂੰ ਉਹ ਸੀਆਈਏ ਸਟਾਫ ਲੁਧਿਆਣੇ ਲੈ ਗਏ ਉੱਥੇ ਉਸ ਦਿਨ ਜਸ਼ਨ ਦਾ ਮਾਹੌਲ ਸੀ ਸਿੰਘਾਂ ਦਾ ਵੱਡੇ ਤੋਂ ਵੱਡਾ ਦੁਸ਼ਮਣ ਉਸ ਦਿਨ ਉੱਥੇ ਹਾਜ਼ਰ ਸੀ ਪੀਐਸ ਗਿਲਵੀ ਪਹੁੰਚ ਗਿਆ ਬਿਸ ਅਜਮੇਰ ਸਿੰਘ ਦੇ ਨਾਂ ਤੋਂ ਪੁਲਿਸ ਵਾਲੇ ਕੰਮ ਜਾਂਦੇ ਸਨ ਉਹਦੀ ਮਰਤਕ ਦੇਹ ਉੱਤੇ ਪੁਲਿਸ ਵਾਲਿਆਂ ਬਲਕਾਰੇ ਮਾਰੇ ਤੇ ਸ਼ਰਾਬ ਦਾ ਖੁੱਲਾ ਦੌਰ ਚੱਲਿਆ ਦਸਵੇਂ ਗੁਰੂ ਦੇ ਦੂਹਾ ਸਿੰਘਾਂ ਦੀ ਪਰਖ ਸ਼ੁਰੂ ਹੋ ਗਈ ਇਹ ਘਟਨਾ ਸਵੇਰੇ 9:10 ਵਜੇ ਦੀ ਹੈ ਜੋ ਵੱਧ ਤੋਂ ਵੱਧ ਤਸ਼ੱਦਦ ਦਾ ਟੰਗ ਸੋਚਿਆ ਜਾ ਸਕਦਾ ਸੀ ਇਹਨਾਂ ਦੋਵਾਂ ਉੱਤੇ ਅਪਣਾਇਆ ਗਿਆ ਕਿਉਂਕਿ ਪੁਲਿਸ ਨੂੰ ਪਤਾ ਸੀ ਕਿ ਇਹਨਾਂ ਸਿੰਘਾਂ ਨੂੰ ਖਾੜਕੂ ਜੰਗ ਦੇ ਪ੍ਰਮੁੱਖ ਸਿੰਘਾਂ ਤੇ ਅਗਲੇ ਕੰਮਾਂ ਬਾਰੇ ਜਾਣਕਾਰੀ ਸੀ ਵੱਡੇ ਅਫਸਰਾਂ ਨੇ ਕੋਲ ਖੜ ਕੇ ਸਭ ਤਰ੍ਹਾਂ ਦਾ ਤਸ਼ੱਦਦ ਕਰਵਾਇਆ ਤੇ ਆਖਰ ਰਾਤ ਤੱਕ ਦੋਵਾਂ ਨੂੰ ਖਤਮ ਕਰ ਦਿੱਤਾ ਦੱਸਣ ਵਾਲਿਆਂ ਅਨੁਸਾਰ ਉਹਨਾਂ ਦੇ ਸਰੀਰਾਂ ਦਾ ਕੋਈ ਵੀ ਹਿੱਸਾ ਸਲਾਮਤ ਨਹੀਂ ਸੀ ਸਾਰੇ ਅੰਗ ਤੋੜੇ ਭੰਨੇ ਅਤੇ ਚੀਰੇ ਪਏ ਇਹਨਾਂ ਦੋਵਾਂ ਸਿੰਘਾਂ ਨੂੰ ਵਾਕੀ ਸਭ ਕੁਝ ਪਤਾ ਸੀ ਪਰ ਉਹ ਅਡੋਲ ਰਹੇ ਬਖਤਾਵਰ ਸਿੰਘਸ ਰਾ ਬੜੀ ਅਣਖ ਜਾਂਬ ਤੇ ਤੇ ਜੁਰਤ ਵਾਲਾ ਬੰਦਾ ਸੀ ਉਹ ਇੱਕ ਗੰਭੀਰ ਤੇ ਸਬਰ ਵਾਲੀ ਸ਼ਖਸੀਅਤ ਸੀ ਉਹ ਕਿਆ ਕਰਦਾ ਸੀ ਜਦੋਂ ਪਰਖ ਹੋਵੇਗੀ ਉਦੋਂ ਹੀ ਪਤਾ ਚੱਲੇਗਾ ਕੌਣ ਕੀ ਹੈ ਹੁਣ ਪਰਖ ਸ਼ੁਰੂ ਹੋ ਗਈ ਦੁਸ਼ਮਣ ਨੇ ਆਪਣਾ ਪੂਰਾ ਜੋਰ ਲਾਇਆ ਉਸ ਨੇ ਆਪਣੇ ਸਬਰ ਤੇ ਸਦਕ ਦਾ ਜੋਰ ਦਿਖਾਇਆ ਆਖਰੀ ਸਮੇਂ ਦੱਸਦੇ ਹਨ ਕਿ ਟੀਪੀਐਸ ਗਿੱਲ ਬਹੁਤ ਖਿੱਚ ਗਿਆ ਬਖਤਾਵਰ ਸਿੰਘ ਸਰਾਂ ਦਾ ਚੂਲਾ ਟੁੱਟ ਗਿਆ ਉਹ ਹੌਲੀ-ਹੌਲੀ ਸ਼ਾਂਤ ਹੋ ਗਿਆ ਪਰਖ ਵਿੱਚੋਂ ਉਹ ਸਿੰਘ ਪੂਰਾ ਉੱਤਰਿਆ ਤੇ ਆਪਣੇ ਅਗਲੇ ਸਫ਼ਰ ਵੱਲ ਨੂੰ ਤੁਰ ਪਿਆ ਬਖਤਾਵਰ ਸਿੰਘ ਸਰਾ ਗੁੜੀ ਪਰਖ ਦੀ ਗੱਲ ਕਰਿਆ ਕਰਦਾ ਸੀ ਉਹ ਨਿਆਬ ਸਿਰੜ ਅਤੇ ਸਿਦਕ ਨਾਲ ਸ਼ਹੀਦੀ ਪਾ ਕੇ ਵਿਖਾ ਦਿੱਤਾ ਕਿ ਕਿਹੜੇ ਰਾਹਾਂ ਤੋਂ ਲੰਘਣਾ ਪੈਂਦਾ ਹੈ ਅਗਲੇ ਦਿਨ ਪੁਲਿਸ ਵਾਲਿਆਂ ਨੇ ਅਜਮੇਰ ਸਿੰਘ ਲੋਧੀਵਾਲ ਅਤੇ ਬਖਤਾਵਰ ਸਿੰਘ ਸਰਾ ਦਾ ਇਕੱਠਿਆਂ ਮੁਕਾਬਲਾ ਵਿਖਾ ਦਿੱਤਾ ਅਤੇ ਸ਼ੇਰ ਸਿੰਘ ਸ਼ੇਰ ਦਾ ਇਕੱਲੇ ਦਾ ਮੁਕਾਬਲਾ ਤੇ ਹੋਰ ਦਿਖਾ ਦਿੱਤਾ ਸ਼ੇਰ ਸਿੰਘ ਸ਼ੇਰ ਇਹ ਸਿੰਘ ਵੀ ਲੁਧਿਆਣੇ ਵਿਖੇ ਫੜ ਹੋਇਆ ਸੀ ਅਤੇ ਉਸ ਨੂੰ ਵੀ ਸ਼ਹਾਦਤ ਤੋਂ ਪਹਿਲਾਂ ਬਹੁਤ ਤਸ਼ੱਦਦ ਵਿੱਚ ਦੀ ਲੰਘਣਾ ਪਿਆ ਉਸ ਨੇ ਦੁਸ਼ਮਣ ਨੂੰ ਕੋਈ ਵੀ ਰਾਜ ਨਹੀਂ ਦਿੱਤਾ ਉਸ ਨਾਲ ਸਾਂਝੀਆਂ 18 ਹਾਲੇ ਤੱਕ ਸਲਾਮਤ ਹਨ ਮੈਂ ਪਿੱਛੋਂ ਲਗਾਤਾਰ ਉੱਥੇ ਰਹਿੰਦਾ ਰਿਹਾ ਪਾਕਿਸਤਾਨ ਦਾ ਸੰਘਰਸ਼ ਇਸ ਕਰਕੇ ਹੀ ਸਰਕਾਰ ਦਾ ਮੁਕਾਬਲਾ ਕਰ ਸਕਿਆ ਕਿਉਂਕਿ ਉਸ ਕੋਲ ਅਜੇਹ ਸਿੰਘ ਸਨ ਜਿਨ੍ਹਾਂ ਨੇ ਕਿਸੇ ਵੀ ਹਾਲਤ ਵਿੱਚ ਵੀ ਭੇਦ ਨਹੀਂ ਦਿੱਤਾ ਫੜੇ ਸਿੰਘਾਂ ਨੇ ਸੰਘਰਸ਼ ਦੀ ਅਤੇ ਸਾਡੀ ਉਮਰ ਨੂੰ ਲਮਿਆਂ ਕੀਤਾ ਜਦੋਂ ਕੋਈ ਸਿੰਘ ਫੜੇ ਜਾਣ ਉਤੇ ਇਸ ਤਰ੍ਹਾਂ ਤਸ਼ੱਦਦ ਸਹਿ ਕੇ ਸ਼ਹਾਦਤ ਦਿੰਦਾ ਸੀ ਪਰ ਪਰਿਵਾਰਾਂ ਬਾਰੇ ਮੂੰਹੋਂ ਕੁਝ ਨਹੀਂ ਬੋਲਦਾ ਸੀ 18 ਵਾਲਿਆਂ ਪਰਿਵਾਰਾਂ ਉੱਤੇ ਵੀ ਇਸ ਗੱਲ ਦਾ ਬੜਾ ਹੀ ਚੰਗਾ ਅਸਰ ਪੈਂਦਾ ਸੀ ਮੈਂ ਜੇਕਰ ਪਿੱਛੇ ਝਾਤੀ ਮਾਰਾਂ ਤਾਂ ਕਈ ਇਹੋ ਜਿਹੀਆਂ 18 ਦਿਸਦੀਆਂ ਹਨ ਜਿਨ੍ਹਾਂ ਤੇ ਦਰਜਣਾ ਸਿੰਘ ਆਉਂਦੇ ਰਹੇ ਪਰ ਕਿਸੇ ਨੇ ਫੜੇ ਜਾਣ ਤੇ ਵੀ ਕਿਨਾਂ ਬਾਰੇ ਦੁਸ਼ਮਣ ਨੂੰ ਕੁਝ ਨਹੀਂ ਦੱਸਿਆ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਉਹ ਸਿੰਘ ਨੂੰ ਕਿਸੇ ਨੇ ਫੜਵਾਇਆ ਸੀ ਕਿ ਹੁਣ ਉਹ ਕਿੱਥੇ ਰਹਿ ਰਿਹਾ ਹੈ ਇਹ ਹਾਲੇ ਵੀ ਬੁਝਾਰਤੀ ਹੈ ਕਿ ਉਹ ਸਿੰਘ ਸ਼ਹਾਦਤ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਇਆ ਲੁਧਿਆਣਾ ਪੁਲਿਸ ਨੇ ਉਸ ਨੂੰ ਥੋੜਾ ਚਿਰ ਹੀ ਆਪਣੇ ਕੋਲ ਰੱਖਿਆ ਉਹ ਇੱਕ ਸ਼ੇਰ ਸੀ ਤੇ ਉਹ ਸ਼ੇਰ ਦੀ ਮੌਤ ਹੀ ਇਸ ਸੰਸਾਰ ਤੋਂ ਗਿਆ ਪੁਲਿਸ ਨੇ ਉਸ ਦਾ ਮੁਕਾਬਲਾ ਬੇਲੋਂ ਦੇ ਕੋਲ ਦਿਖਾਇਆ ਸੀ ਉਹ ਜਿੰਨ ਪਹਿਲਾਂ ਬਦੋਂ ਉਹ ਮੈਨੂੰ ਮਿਲਿਆ ਸੀ ਤਾਂ ਉਸਨੇ ਆਪਣੇ ਕੈਨੇਡਾ ਜਾਣ ਦੇ ਕਾਗਜ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਹੁਣ ਭਰਾਵਾਂ ਨੂੰ ਰਣ ਵਿੱਚ ਛੱਡ ਕੇ ਏਵੇਂ ਪਰਦੇਸ ਵਿੱਚ ਵੱਸ ਸਕਦੇ ਹਾਂ ਹੁਣ ਜੰਗ ਹੀ ਸਾਡਾ ਵਸੀਬਾ ਹੈ ਤੇ ਦੇਖਦੇ ਹਾਂ ਮੌਤ ਲਾੜੀ ਨਾਲ ਕਦੋਂ ਟੱਕਰਾ ਹੁੰਦਾ ਹੈ ਕਤਾਬ ਹਾੜਕੂ ਸੰਘਰਸ਼ ਦੀ ਸਾਖੀ ਲੇਖਕ ਫਾਇਦਲਜੀਤ ਸਿੰਘ ਤੁਸੀਂ ਸੁਣ ਰਹੇ ਸੀ 36ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ